शब्द भी रोड ते स्टे डॉग आ जिन्हों चाह वाले ने अज सवेरे रोड मार मार के मार दिता। इन्होंने लोगों को पता लग गया कि मैडम आ रहे हैं जिहड़े उहदे थोड़े जिहे साह सीगे वह भी इन्होंने बल्टन पार्क च रस्सी लिजा के पूरी तरह डेड कर दिता। सोटी जरूर मारी सी मारिया नहीं मैं। ਉਹਨੂੰ ਇੰਨੀ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਜਦੋਂ ਮੈਂ ਉਹਨੂੰ ਇਸ ਬੰਦੇ ਨੂੰ ਇਸ ਗੱਲ ਲਈ ਪੁੱਛਿਆ ਵੀ ਤੂੰ ਇਹ ਕਿਉਂ ਇਦਾਂ ਕੀਤਾ ਤਾਂ ਉਹਨੇ ਮੇਰੇ ਨਾਲ ਵੀ ਗਾਲੀ ਗਲੋਚ ਕੀਤੀ ਔਰ ਕਹਿੰਦਾ ਵੀ ਮੈਂ ਜੋ ਤੂੰ ਕਰਨਾ ਕਰ ਲੈ ਇਹਦੀ ਵੈਰੀਫਾਈ ਕਰਾਂਗੇ ਜਿਹੜਾ ਕੁੱਤਾ ਜੇ ਮਾਰਿਆ ਹੋਇਆ ਇਹਨੇ ਉਹਦਾ ਪੋਸਟਮਾਰਟਮ ਕਰਾ ਕੇ ਤਾਂ ਅਗਲੀ ਕਾਰਵਾਈ ਅਮਲ ਦੇ ਵਿੱਚ ਲੈਣੀ ਚਾਹੀਦੀ। ਗੁਲਾਬ ਦੇਵੀ ਰੋਡ ਤੇ ਸਟੇ ਡੌਗ ਆ ਜਿਹਨੂੰ ਚਾਹ ਵਾਲੇ ਨੇ ਅੱਜ ਸਵੇਰੇ ਰੋਡ ਮਾਰ ਮਾਰ ਕੇ ਮਾਰ ਦਿੱਤਾ ਤੇ ਜਦੋਂ ਮੈਨੂੰ ਫੋਨ ਆਇਆ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੈਡਮ ਆ ਰਹੇ ਆ ਜਿਹੜੇ ਉਹਦੇ ਥੋੜੇ ਜਿਹੇ ਵੀ ਸਾਹ ਸੀਗੇ ਉਹ ਵੀ ਇਹਨਾਂ ਨੇ ਬਲਟਨ ਪਾਰਕ 'ਚ ਰੱਸੀ ਲਿਜਾ ਕੇ ਪੂਰੀ ਤਰ੍ਹਾਂ ਡੈਡ ਕਰ ਦਿੱਤਾ। ਪਲਾਸਟਿਕ ਦੀ ਪਹਿਲਾਂ ਉਹਦੇ ਰੋਡਾਂ ਮਾਰੀਆਂ ਤੁਸੀਂ ਕੀ ਆ ਉਸ ਤੋਂ ਬਾਅਦ ਜੀ ਤੇ ਉਹਨੂੰ ਇੰਨੀ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਜਦੋਂ ਮੈਂ ਉਹਨੂੰ ਇਸ ਬੰਦੇ ਨੂੰ ਇਸ ਗੱਲ ਲਈ ਪੁੱਛਿਆ ਵੀ ਤੂੰ ਇਹ ਕਿਉਂ ਇਦਾਂ ਕੀਤਾ ਤਾਂ ਉਹਨੇ ਮੇਰੇ ਨਾਲ ਵੀ ਗਾਲੀ ਗਲੋਚ ਕੀਤੀ ਔਰ ਕਹਿੰਦਾ ਵੀ ਮੈਂ ਜੋ ਤੂੰ ਕਰਨਾ ਕਰ ਲਾ ਕਿ ਇਹ ਮੇਰਾ ਹੱਥ ਨਹੀਂ ਛੱਡ ਰਹੀ ਸੀਗੀ ਇਸ ਕਰਕੇ ਮੈਂ ਇਹਨੂੰ ਕਿਹਾ ਵੀ ਜੇ ਤੈਨੂੰ ਕੋਈ ਪ੍ਰੋਬਲਮ ਸੀ ਤੁਸੀਂ ਮੈਨੂੰ ਦੱਸ ਦੇ ਮੈਂ ਰੋਜ਼ ਇੱਧਰ ਆਉਂਦੀ ਜਾਂਦੀ ਹਾਂ ਤਾਂ ਉਹਦਾ ਸਲੂਸ਼ਨ ਨਿਕਲਦਾ ਨਾ ਮਗਰ ਉਹ ਡੌਗ ਬਿਲਕੁਲ ਨਾਰਮਲ ਸੀ ਸਿਰਫ ਇੱਕ ਬੰਦੇ ਦੀ ਆਪਣੀ ਜੋ ਉਸ ਬੰਦੇ ਦਾ ਇੱਕ ਕਹਿਣਾ ਵਾ ਕਿ ਮੈਨੂੰ ਉਹਨੇ ਵੱਢਣ ਦੀ ਕੋਸ਼ਿਸ਼ ਕੀਤੀ ਹੈ ਮੈਂ ਉਸ ਬਚਾ ਕੇ ਉਹਨੂੰ ਮਾਰਿਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ। ਦੇਖੋ ਸਰ ਉਹ ਜਾਂ ਇੰਨੇ ਸਾਲਾਂ ਤੋਂ ਉਸ ਗੁਲਾਬ ਦੇ ਵੀ ਰੋਡ ਤੇ ਰਹਿ ਰਹੀ ਆ ਉਹ ਦੋ ਜਣੇ ਆ ਡੌਗ ਔਰ ਇੱਕ ਬੰਦਾ ਮੈਂਟਲੀ ਅਪਸੈਟ ਆ ਉਹਦੇ ਨਾਲ ਰਹਿੰਦੀ ਆ ਉਹ ਜੇ ਉਹਨੂੰ ਨਹੀਂ ਵੜ ਸਕਦੀ ਅੱਜ ਇਹਨੇ ਪਹਿਲਾਂ ਉਹਨੂੰ ਰਾਤੀ ਮਾਰਿਆ ਉਸ ਤੋਂ ਬਾਅਦ ਉਹਦੇ ਡਰ ਦੇ ਨਾਲ ਜਿਹੜਾ ਇਹਦੀ ਰੇੜੀ ਦੇ ਥੱਲੇ ਝਾੜੂ ਪਿਆ ਸੀ ਉਹ ਝਾੜੂ ਡੰਡੇ ਵਾਲਾ ਸੀਗਾ ਉਹ ਜਦੋਂ ਡੌਗ ਨੇ ਦੇਖਿਆ ਕਿ ਇਹ ਮੈਨੂੰ ਫਿਰ ਮਾਰਨ ਲਈ ਆ ਰਿਹਾ ਆ ਉਹ ਇਸ ਕਰਕੇ ਉਹਨੇ ਉਹਦੇ ਦੰਦ ਮਾਰ ਦਿੱਤੇ। ਜੇ ਦੰਦ ਮਾਰ ਦਿੱਤੇ ਯਾਰ ਇਹਦਾ ਇਹ ਨਹੀਂ ਮਤਲਬ ਹੁੰਦਾ ਕਿ ਉਹਨੂੰ ਜਾਨੋਂ ਹੀ ਮਾਰ ਦਿੱਤਾ ਜਾਵੇ। ਇਹ ਮੈਂਟਲੀ ਡਿਸਟਰਬ ਹੈ ਜੀ ਜਿਹਦੇ ਨਾਲ ਉਹ ਡੌਗੀ ਰਹਿੰਦੀ ਸੀ ਉਹਨੇ ਉਹਨੂੰ ਨਹੀਂ ਹਾਰਮ ਕੀਤਾ ਦੇਖੋ ਅੱਜ ਤੱਕ ਤੇ ਉਹ ਹੈ। ਦੇਖੋ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਲੋਕਾਂ ਨੂੰ ਇੱਧਰ ਹੀ ਗਲਤ ਕੰਮਾਂ ਤੋਂ ਨੱਥ ਪਾਈ ਜਾਵੇ। ਇਹ ਨਹੀਂ ਹੈ ਵੀ ਅਸੀਂ ਇਹਦੇ ਬਿਠਾਇਆ ਤਾਂ ਥੋੜ੍ਹੀ ਦੇਰ ਬਾਅਦ ਛੱਡ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਆ। ਅਸੀਂ ਆਪਣੀ ਇੱਕ ਇੱਕ ਚੀਜ਼ ਘਰ ਦੀ ਲਾ ਕੇ ਇਹਨਾਂ ਨੇ ਆਪਣੇ ਸਟੇ ਡੌਗ ਵਾਸਤੇ ਖਾਣਾ ਲੈ ਕੇ ਆਉਂਦੇ ਹਾਂ। ਸਾਡੀ ਕੋਈ ਪੈਸਾ ਨਹੀਂ ਅਸੀਂ ਕਿਸੇ ਤੋਂ ਲੈਂਦੇ। ਅਸੀਂ ਜਿੰਨਾ ਵੀ ਹੋ ਸਕਦੇ ਆਪਣੀ ਮਿਹਨਤ ਦੇ ਨਾਲ ਇਹਨਾਂ ਨੂੰ ਖਾਣਾ। ਹੁਣ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ? ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਜੇ ਅੱਜ ਇਹਦੇ ਬੰਦਿਆਂ ਨੂੰ ਸਜ਼ਾ ਮਿਲੂਗੀ ਤਾਂ ਕੱਲ ਨੂੰ ਹੋਰ ਵੀ ਲੋਕੀ ਇਸ ਚੀਜ਼ ਤੋਂ ਸਟਾਪ ਹੋਣਗੇ। ਹਾਂਜੀ ਸਰ, ਇਹ ਕੀ ਮਾਮਲਾ ਕੀ ਹੈ? ਮਾਮਲਾ ਇਹ ਆ ਵੀ ਰਾਜੂ ਨਾਮ ਦੀ ਜਿਹੜੀ ਲੜਕੀ ਆ ਉਹਨੇ ਇੱਕ ਦਰਖਾਸਤ ਦਿੱਤੀ ਆ ਕਿ ਇਹ ਜਿਹੜਾ ਸੁਨੀਲ ਕੁਮਾਰ ਆ ਬੰਦਾ ਇਹ ਰੇਹੜੀ ਲਾਉਂਦਾ ਚਾਹ ਚੂ ਜੀ, ਇਹਨੇ ਇੱਕ ਅਵਾਰਾ ਕੁੱਤਾ ਸੀਗਾ ਉਹਨੂੰ ਮਾਰਤਾ। ਜਿਹਨੇ ਹੁਣ ਇਹਨੂੰ ਪੁੱਛਿਆ ਤਾਂ ਇਹ ਕਹਿੰਦਾ ਜੀ ਮੈਨੂੰ ਕੁੱਤੇ ਨੇ ਵੱਢਿਆ ਸੀ, ਮੈਂ ਉਹਦੇ ਡੰਡਾ ਮਾਰਿਆ ਸੀ ਅਤੇ ਮੈਂ ਮਾਰਿਆ ਨਹੀਂ। ਤਾਂ ਇਹਦੇ ਇਹ ਸੰਬੰਧੀ ਵੀਰੇ ਇਹ ਜਿਹੜਾ ਬੰਦਾ ਇਹ ਥੋੜ੍ਹਾ ਔਖਾ ਫਿੱਕਾ ਹੁੰਦਾ ਸੀ, ਉਹਨਾਂ ਨਾਲ ਬੋਲਬਲਾਲਾ ਵੀ ਕੀਤਾ ਇਹਨੇ, ਤਾਂ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ। ਇਹਦੀ ਫਿਲਹਾਲ 57 ਜਿਹੜੀ ਆ ਆਪਾਂ ਪ੍ਰਿਵੈਂਟਿਵ ਕਰਤੀ ਆ ਇਹਨੂੰ, ਅਤੇ ਕੱਲ੍ਹ ਆਪਾਂ ਇਹਦੀ ਵੈਰੀਫਾਈ ਕਰਾਂਗੇ। ਜਿਹੜਾ ਕੁੱਤਾ ਜੇ ਮਾਰਿਆ ਹੋਇਆ ਇਹਨੇ ਉਹਦਾ ਪੋਸਟਮਾਰਟਮ ਕਰਾ ਕੇ ਤਾਂ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਉਣੀ ਚਾਹੀਦੀ। ਜਿਹੜੀ ਲੇਡੀਜ਼ ਨੇ ਬਿਆਨ ਦਰਜ ਕਰਾਏ ਤੁਹਾਡੇ ਕੋਲ, ਉਹਦੇ ਕੀ ਆਰੋਪ ਹੈ? ਉਹਨੇ ਕੁੱਤਾ ਕਿਉਂ ਮਾਰਿਆ? ਕਿਹਨੇ? ਜਿਹੜੀ ਲੇਡੀਜ਼ ਨੇ ਤੁਹਾਨੂੰ ਬਿਆਨ ਦਿੱਤੀ ਹੈ ਉਹਦਾ ਆਰੋਪ ਕੀ ਆ? ਉਹਨੇ ਕੀ ਤੁਹਾਨੂੰ ਦੱਸਿਆ? ਉਹ ਕਹਿੰਦੀ ਇਹਨੇ ਵੈਸੇ ਮਾਰ ਦਿੱਤਾ, ਉੱਥੇ ਉਹ ਘੁੰਮਦਾ ਸੀ, ਇਹਦੀ ਰੇਹੜੀ ਥੱਲੇ ਬੈਠਾ ਸੀ ਤਾਂ ਉਹਨੇ ਮਾਰ ਇਹਨੇ ਉਹਦੇ ਸੋਟੀ ਮਾਰੀ ਤਾਂ ਮਰ ਗਿਆ। ਕੋਈ ਸੀਸੀਟੀਵੀ ਫੁਟੇਜ ਹੋਵੇ? ਨਹੀਂ ਹੈ ਕੋਈ। ਜਿਹੜਾ ਜਿਹੜੇ ਬੰਦੇ ਨੂੰ ਤੁਸੀਂ ਗ੍ਰਿਫਤਾਰ ਕੀਤਾ ਜਾਂ ਜਿਹੜੇ ਬੰਦੇ ਨੂੰ ਤੁਸੀਂ ਰਾਉਂਡ ਅਪ ਕੀਤਾ ਉਹਨੇ ਕੁਛ ਗੱਲਬਾਤ ਤੁਹਾਨੂੰ ਕੀਤੀ ਹੋਵੇ? ਉਹ ਕਹਿੰਦਾ ਮੈਨੂੰ ਕੁੱਤੇ ਨੇ ਵੱਢਿਆ ਸੀਗਾ ਵੀ ਮੇਰੀ ਬਾਂਹ ਵੀ ਉਹਨੇ ਪੱਟੀ ਬੰਨੀ ਹੋਈ ਆ ਉੱਤੇ, ਕਹਿੰਦਾ ਮੇਰੀ ਬਾਂਹ 'ਤੇ ਕਾਫੀ ਜ਼ਖਮ ਆ, ਲੱਤਾਂ 'ਤੇ ਵੀ ਜ਼ਖਮ ਆ, ਕੁੱਤੇ ਨੇ ਮੈਨੂੰ ਵੱਢਿਆ ਸੀ, ਮੈਂ ਉਹਦੇ ਸੋਟੀ ਜ਼ਰੂਰ ਮਾਰੀ ਸੀ ਮੈਂ ਮਾਰਿਆ ਨਹੀਂ ਮੈਂ ਉਹਨੂੰ। ਇਹ ਸਵੇਰੇ ਵੈਰੀਫਾਈ ਕੀਤਾ ਜਾਊਗਾ, ਪੋਸਟਮਾਰਟਮ ਵੀ ਕਰਾਇਆ ਜਾਏਗਾ।
ਕੁੱਤੇ ਦੀ ਲਾਸ਼ ਲੱਭ ਕੇ ਫਿਰ ਉਸ ਮੰਨ ਕੁੱਤੇ ਦੀ ਲਾਸ਼ ਜਿਹੜੇ ਨਾਲ ਐਨਜੀਓ ਵਾਲੇ ਆਏ ਉਹਨਾਂ ਨੇ ਪਤਾ ਕੁੱਤੇ ਦੀ ਲਾਸ਼ ਕਿੱਥੇ ਉਹਨਾਂ ਨੂੰ ਤੁਹਾਨੂੰ ਵੀ ਦੱਸਿਆ ਨਾਲ ਲਿਜਾ ਕੇ ਉਹਨਾਂ ਪਰ ਜਿਹੜੀ ਕੁੱਤੇ ਦੀ ਲਾਸ਼ ਉੱਥੇ ਪਈ ਕੱਲ ਤੱਕ ਜੇ ਜਿਹੜਾ ਜੇ ਤੁਹਾਡੇ ਨੂੰ ਮੁਜਰਮ ਛੱਡ ਦਿੱਤਾ ਜਾਂਦਾ ਕੁੱਤੇ ਦੀ ਲਾਸ਼ ਨੂੰ ਗਾਇਬ ਕਰ ਦਿੱਤਾ ਜਾਏਗਾ ਕਰ ਦੇਗਾ ਤੇ ਫਿਰ ਕਿਸ ਤਰ੍ਹਾਂ ਪੋਸਟਮਾਰਟਮ ਕੀਤਾ ਜਾਏਗਾ ਅਸੀਂ ਤਾਂ ਤੁਹਾਨੂੰ ਹੁਣ ਵੀ ਕਹਿੰਦੇ ਹਾਂ ਕਿ ਤੁਸੀਂ ਨਾਲ ਜਾ ਸਕਦੇ ਆ ਕੁੱਤੇ ਦੀ ਲਾਸ਼ ਲੱਭ ਕੇ ਤੇ ਆਪਣੀ ਕਸਟਡੀ 'ਚ ਕਰ ਲਓ ਸਵੇਰੇ ਕੋਲ ਹਸਪਤਾਲ ਖੁੱਲ੍ਹੇਗਾ ਤੇ ਉੱਥੇ ਦਾਖਲ ਕਰਾ ਦਾਂਗੇ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ